ਕੇਂਦਰ ਸਰਕਾਰ ਵੱਲੋਂ ਕਿਰਸਾਨੀ ਅਤੇ ਕਿਸਾਨਾਂ ਦੀ ਭਲਾਈ ਲਈ ਤਿੰਨ ਖੇਤੀ ਆਰਡੀਨੈਂਸ ਲਿਆਂਦੇ ਗਏ ਜਿਨ੍ਹਾਂ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਤਾਂ ਉਹਨਾਂ ਨੂੰ ਆਪਣੀ ਫਸਲ ਕਿਤੇ ਵੀ ਵੇਚਣ ਦੀ ਖੁੱਲ ਹੋਵੇਗੀ ਪੰਜਾਬ ਦੇ ਕਿਸਾਨਾਂ ਨੇ ਸਰਕਾਰ ਵੱਲੋਂ ਲਿਆਂਦੇ ਗਏ ਇਹਨਾਂ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਦੀ ਦਿਸ਼ਾ ਵੱਲ ਇੱਕ ਕਦਮ ਦੱਸਿਆ ਹੈ ਪ੍ਰਸਾਰ ਭਾਰਤੀ ਦੇ ਪਠੰਡਾ ਸਥਿਤ ਨੁਮਾਇੰਦੇ ਨੇ ਕੁਝ ਕਿਸਾਨਾਂ ਅਤੇ ਕਿਰਸਾਨੀ ਨਾਲ ਜੁੜੇ ਲੋਕਾਂ ਨਾਲ ਸੰਬੰਧੀ ਗੱਲਬਾਤ ਕੀਤੀ ਮੈਂ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਲਈ ਜੋ ਖੇਤੀ ਆਰਡੀਨੈਂਸ ਤਨ ਪਾਸ ਕੀਤੇ ਐ ਉਹਨਾਂ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਜਿਹੜੀ ਕਿਸਾਨਾਂ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਸੀ ਕਿ ਦੇਸ਼ ਦਾ ਕਿਸਾਨ ਕਿਤੇ ਵੀ ਜਾ ਕੇ ਦੇਸ਼ ਦੇ ਵਿੱਚ ਆਪਣੀ ਫਸਲ ਵੇਚ ਸਕਦਾ ਹੈ ਉਸ ਵਾਅਦੇ ਨੂੰ ਪੂਰਾ ਕੀਤਾ ਹੈ ਮੈਂ ਸਮਝਦਾ ਹਾਂ ਕਿ ਇਸ ਦੇ ਨਾਲ ਜਿਹੜਾ ਕਿਸਾਨ ਹੈ ਉਹ ਆਪਣਾ ਭਾਅ ਆਪ ਤੈਅ ਕਰੇਗਾ ਜਿੱਥੇ ਵੀ ਉਹਨੂੰ ਜਿਹੜੀ ਉਹਦੀ ਫਸਲ ਦੀ ਅੱਛੀ ਕੀਮਤ ਮਿਲੇਗੀ ਚੰਗਾ ਭਾਅ ਮਿਲੇਗਾ ਉਹ ਜਾ ਕੇ ਉੱਥੇ ਵੇਚ ਸਕੇਗਾ ਇਹ ਬਹੁਤ ਵਧੀਆ ਜੀ ਕਿਉਂਕਿ ਐਮਐਸਪੀ ਤਾਂ ਇਹ ਚ ਖਤਮ ਕਰੀ ਨਹੀਂ ਜੀ ਤੇ ਬਾਕੀ ਜਿਹੜੀ ਅਸੀਂ ਫਸਲ ਆ ਜੀ ਕਿਤੇ ਵੀ ਵੇਚ ਸਕਦੇ ਆ ਪਹਿਲਾਂ ਅਸੀਂ ਜਦੋਂ ਅਸੀਂ ਆਪ ਦਾ ਬਨਾਸਪਤੀ ਝੋਨਾ ਹਰਿਆਣਾ ਜਾਂ ਹੋਰ ਕਿਤੇ ਲੈ ਕੇ ਜਾਂਦੇ ਸੀ ਤਾਂ ਬਾਰਡਰ ਤੇ ਸਾਡੀਆਂ ਜਾਂ ਟਰਾਲੀਆਂਾਂ ਸਿੰਘਾਂ ਰੋਕ ਲੈਂਦੇ ਸੀ ਤੇ ਹੁਣ ਸਾਨੂੰ ਕੋਈ ਦਿੱਕਤ ਨਹੀਂ ਕਿਉਂਕਿ ਜਿੱਥੇ ਸਾਨੂੰ ਵਧੀਆ ਰੇਟ ਮਿਲੂਗਾ ਅਸੀਂ ਆਪਦੀ ਫਸਲ ਆਪਦੀ ਮਨਮਰਜ਼ੀ ਨਾਲ ਵੇਚਾਂਗੇ ਤੇ ਇਹ ਤਾਂ ਸਾਨੂੰ ਬਹੁਤ ਵਧੀਆ ਸਰਕਾਰ ਨੇ ਸਾਡੇ ਲਈ ਕੰਮ ਕੀਤਾ ਜੀ ਜੋ ਆ ਰੋਲਾ ਪੈ ਰਿਹਾ ਹੈ ਆਰਡੀਨੈਂਸ ਦਾ ਇਹ ਮੈਨੂੰ ਤਾਂ ਲੱਗਦਾ ਵੀ ਕਿਸਾਨ ਦੇ ਬਹੁਤ ਹੀ ਫਾਇਦੇ ਚ ਹੈ ਕਿਉਂਕਿ ਜੋ ਪਹਿਲਾ ਵਾਲਾ ਸਿਸਟਮ ਹੈ ਇਹ ਬੁਰੀ ਤਰ੍ਹਾਂ ਫੇਲ ਹੋਇਆ ਵਾ ਇਸ ਨੇ ਸਾਨੂੰ ਫਾਂਸੀ ਦੇ ਫੰਦੇ ਤੱਕ ਲਿਆ ਜਾਂਦਾ ਕਿਸਾਨ ਨੂੰ ਖੁਦਕਸ਼ੀਆਂ ਕਰਨ ਲਈ ਮਜਬੂਰ ਕਰਤਾ ਜੇ ਸੈਂਟਰ ਸਰਕਾਰ ਨੇ ਕਿਸਾਨ ਦੇ ਹਿੱਤ ਵਿੱਚ ਕਿਸਾਨ ਨੂੰ ਉੱਪਰ ਚੱਕਣ ਵਾਸਤੇ ਇੱਕ ਆਰਡੀਨੈਂਸ ਲਿਆਂਦਾ ਹੈ ਵਧੀਆ ਇਸ ਦਾ ਸਵਾਗਤ ਕਰਨਾ ਚਾਹੀਦਾ ਕਿਸਾਨਾਂ ਨੂੰ ਕਿਸਾਨ ਇਹਦੇ ਹੱਕ ਚ ਹੈ ਇਸ ਦਾ ਵਿਰੋਧ ਉਹੀ ਲੋਕ ਕਰਦੇ ਆ ਜੋ ਕਿਸਾਨ ਦੇ ਸਿਰ ਤੇ ਰੋਟੀਆਂ ਸੇਕਦੇ ਆ ਕਿਸਾਨ ਨੂੰ ਉਬਰਦਾ ਨਹੀਂ ਦੇਖਣਾ ਚਾਹੁੰਦੇ ਨਹੀਂ ਕਿਸਾਨਾਂ ਲਈ ਇਹ ਬਹੁਤ ਵਧੀਆ ਜਿਹੜੀ ਨਵੀਂ ਆਪਰਚੂਨਿਟੀ ਹੈ ਇਹ ਉਹ ਆਪਦੀ ਜਿਹੜੀ ਫਸਲ ਹੈ ਉਹ ਕਿਸੇ ਵੀ ਮੰਡੀ ਵਿੱਚ ਵੇਚ ਸਕਦੇ ਜਿੱਥੇ ਉਹਨਾਂ ਨੂੰ ਜ਼ਿਆਦਾ ਰੇਟ ਮਿਲਦਾ ਔਰ ਕਿਸਾਨਾਂ ਦੇ ਜਿਹੜਾ ਪੁਰਾਣਾ ਸਿਸਟਮ ਸੀਗਾ ਬਿਲਕੁਲ ਕਿਸਾਨ ਕਰਜ਼ੇ ਝਗੜੇ ਵੇ ਸੀ ਹੁਣ ਕਿਸਾਨਾਂ ਦਾ ਮੈਨੂੰ ਲੱਗਦਾ ਵੀ ਕਿਸਾਨਾਂ ਦੀ ਜਿਹੜੀ ਜ਼ਿੰਦਗੀ ਚ ਨਵਾਂ ਬਦਲਾ ਆਊਗਾ